ਸ਼ਨਾਨ ਜ਼ਿੰਦਗੀ ਮੇ ਬਸ ਆਪਣੇ ਸਾਧੂ ਸੰਤ ਮਾਇਆ ਦੀ ਗੱਲ ਹੀ ਕਰੀ ਜਾਂਦੇ ਨੇ, ਪਰ ਮਾਇਆ ਨੂੰ ਸਮਝਣਾ। ਬਾਬਾ ਕਬੀਰ ਜੀ ਦਾ ਸ਼ਬਦ ਇੱਕ ਸਵਾਲੀਆ ਫਿਕਰਾ ਬਣ ਗਿਆ ਸੀ ਨਾਲ। ਆਖਰ ਮਾਇਆ ਹੈ ਕਿ ਸਗੋਂ ਨੇ ਪਾਣੀ ਅੰਦਰ ਇੱਕ ਲਾਈਨ ਵਿੱਚ ਇੱਕ ਸਵਾਲ ਖੜਾ ਕੀਤਾ। ਕਹਿੰਦੇ ਨੇ ਮਾਇਆ ਕਿਸ ਨੂੰ ਆਖੀਏ, ਗੁਰਬਾਣੀ ਦੀ ਲਾਈਨ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਵ ਬਣ। ਆਖਿਰ ਮਾਇਆ ਕਿਹਨੂੰ ਅਸੀਂ ਆਖ ਰਹੇ ਹਾਂ? ਰੁਪਏ ਪੈਸੇ ਹਿੰਦੂ ਮੈਥੋਲੋਜੀ ਨੇ ਔਰਤ ਨੂੰ ਵੀ ਮਾਇਆ ਆਖ ਦਿੱਤਾ। ਬੜੀ ਖੂਬਸੂਰਤ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਖੀ, ਬੜੀ ਖੂਬਸੂਰਤ ਗੱਲ ਆਖੀ, ਕੋਈ ਲੁਪਾ ਨਹੀਂ ਰੱਖਿਆ। ਜਹ ਜਹ ਜਾਓ
ਜੇ ਜੇ ਜਾਉ ਤਹਾਂ ਇਹ ਬੈਸੇ ਮੈਨੂੰ ਇਕੱਲਾ ਕਿਤੇ ਨਹੀਂ ਛੱਡਦੀ, ਮੈਨੂੰ ਸਮਝ ਲਵਾਂ, ਹੌਲੀ ਹੌਲੀ ਇਹਦੇ ਤੋਂ ਦੂਰ ਹੋ ਜਾਣਾ, ਪਰ ਕਰਾਂਗੀ, ਮੈਨੂੰ ਇੱਕ ਪਲ ਲਈ ਇਕੱਲਾ ਨਹੀਂ ਛੱਡਦੀ। ਜੇ ਜੈ ਜਾਓ, ਜੇ ਜਾਓ ਤਾਂ ਨਾਲੇ ਵੈਸੇ ਜਿੱਥੇ ਜਾਣਾ ਉੱਥੇ ਚਲੀ ਜਾਂਦੀ। ਸਗਲ ਭਵਨ ਮੈਂ ਸਬਲ ਪ੍ਰਵੇਸ਼ ਲਫਜ਼ ਬੜਾ ਖੂਬਸੂਰਤ ਹੈ, ਹਰ ਥਾਂ ਤੇ ਸਗਲ ਭਵਨ ਮੈਂ ਮੈਂ ਸੋਚਿਆ ਸੀ ਗੁਰਦੁਆਰੇ ਜਾਵਾਂ ਉੱਥੇ ਮਾਇਆ ਦਾ ਛੁਟਕਾਰਾ ਹੋਵੇ, ਉੱਥੇ ਵੀ ਪਹੁੰਚ ਜਾਂਦੀ। ਕਿਸੇ ਤੀਰਥ ਅਸਥਾਨ ਤੇ ਜਾਵਾਂ, ਗੁਰੂ ਨੇ ਬਾਣੀ ਵਿੱਚ ਕਹਿਤਾ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੀ, ਉੱਥੇ ਵੀ ਮਾਇਆ। ਇੰਨੀ ਬਲਵਾਨ ਹੈ, ਇੰਨੀ ਸ਼ਕਤੀਸ਼ਾਲੀ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ ਵੀ ਤੂੰ ਇੱਥੇ ਤਾਂ ਮੇਰੇ ਨਾਲ ਨਾ ਜਾ। ਗੁਰਬਾਣੀ ਮੈਂ ਚਾਹੁੰਦਾ ਵੀ ਅੱਜ ਦਾ ਸ਼ਬਦ ਅਸੀਂ ਚੰਗੀ ਤਰ੍ਹਾਂ ਵਿਸਥਾਰ ਨਾਲ ਬਾਬਾ ਕਬੀਰ ਜੀ ਦਾ ਸਮਝੀਏ। ਜੇ ਜਾਓ ਤਾਂ ਨਾਲੇ ਵੈਸੇ ਸਦਲ ਭਵਨ ਮੈਂ ਹਰ ਟਿਕਾਣੇ ਤੇ ਸਬਲ ਪ੍ਰਵੇਸ਼ ਹੈ, ਆਪਣੀ ਸ਼ਕਤੀ ਨਾਲ, ਬਲ ਨਾਲ, ਬਲਵਾਨਤਾ ਨਾਲ ਉੱਥੇ ਪਹੁੰਚਾਂ ਜੀ, ਕੋਈ ਇਹਨੂੰ ਰੋਕ ਨਹੀਂ ਸਕਦਾ। ਸਗਲ ਧਰਮ ਹੈ ਸਬਲ ਪ੍ਰਵੇਸ਼, ਕਹਿਣ ਲੱਗੇ ਕਿੱਡੀ ਅਜੀਬ ਗੱਲ ਹੈ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਤਿੰਨਾਂ ਗੁਣਾਂ ਵਾਲੇ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਹਰ ਤਰ੍ਹਾਂ ਦੇ ਜੀਵ ਜਿਹਨੇ ਆਪਣੇ ਵਸ ਵਿੱਚ ਕੀਤੇ ਹੋਏ ਨੇ। ਮਾਇਆ ਕਿਸ ਨੂੰ ਆਖੀਏ ਪਹਿਲਾਂ ਆ ਹੀ ਸਵਾਲ, ਜਿਹਨੇ ਤਿੰਨਾਂ ਗੁਣਾਂ ਦੇ ਜੀਵ ਪੈਦਾ ਹੋਏ ਹੋਏ ਜਿਹੜੇ ਨੇ ਉਹ ਆਪਣੀ ਮੁਕਤੀ ਵਿੱਚ ਕੀਤੇ ਹੋਏ। ਜਿਨ ਕਹਿੰਦੇ ਬਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਭਵਨ ਚਤੁਰ ਦਾ ਮਤਲਬ ਚਾਰੇ ਦਿਸ਼ਾ, ਉੱਤਰ ਦੱਖਣ ਪੂਰਬ ਪੱਛਮ, ਕੋਈ ਟਿਕਾਣਾ ਐਸਾ ਨਹੀਂ ਕਿ ਮੈਂ ਇੱਧਰ ਤੁਰ ਜਾਵਾਂ ਤੇ ਇੱਥੇ ਮੇਰਾ ਮਾਇਆ ਤੋਂ ਛੁਟਕਾਰਾ ਹੋ ਜਾਵੇ। ਭਵਨ ਚਤੁਰ ਚਾਰੇ ਦਿਸ਼ਾ ਦੇ ਘਰ ਟਿਕਾਣੇ, ਸੰਸਾਰ ਦਾ ਕੋਈ ਵੀ ਪਾਸਾ, ਕੋਈ ਵੀ ਦਿਸ਼ਾ ਐਸੀ ਨਹੀਂ ਜਿੱਥੇ ਉਹਦੀ ਪਹੁੰਚ ਨਾ ਹੋਵੇ। ਭਵਨ ਚਤੁਰ ਸੰਸਾਰ, ਜਗ, ਇਸ਼ਨਾਨ, ਤਾਪ, ਥਾਨ, ਖੰਡੇ, ਸਾਰੀਆਂ ਚੀਜ਼ਾਂ ਖਤਮ ਕਰ ਦਿੱਤੀ, ਮੇਰੇ ਬਚਨ ਦਾ ਕੋਈ ਟਿਕਾਣਾ ਹੀ ਨਾ। ਜਗ ਕਰਨ ਵਾਲਾ ਉਹ ਵੀ ਮਾਇਆ ਦੇ ਅਧੀਨ ਕਰ ਰਿਹਾ ਹੈ, ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਉੱਥੇ ਵੀ ਮਾਇਆ ਉਹਦੇ ਨਾਲ ਨਾਲ ਹੈ, ਤਪ ਸਾਧਨ ਵਾਲਾ ਉਹ ਵੀ ਕਿਸੇ ਮਾਇਆ ਦੇ ਪ੍ਰਭਾਵ ਥੱਲੇ। ਜਿੰਨੇ ਥਾਂ ਟਿਕਾਣੇ ਨੇ, ਧਰਮ ਸਥਾਨ ਨੇ, ਸਾਰੇ ਨੇ ਖੰਡਨ ਕਰ ਦਿੱਤੇ ਨੇ, ਭਾਵ ਸਭ ਨੂੰ ਖੰਡਨ ਬਣਾ ਦਿੱਤਾ। ਮਾਇਆ ਦੇ ਸਾਹਮਣੇ ਕੋਈ ਮਹੱਲ ਨਹੀਂ ਜਿੱਥਾ ਜਿਹੜਾ ਸਾਬਤ ਰਹਿ ਜਾਏ। ਗੁਰਬਾਣੀ ਦੇ ਸਵਾਲ ਨੇ ਜਿਹਨਾਂ ਨੂੰ ਆਪਾਂ ਨਤੀਜੇ ਤੇ ਲੈ ਕੇ ਜਾਣਾ, ਬਾਬਾ ਕਬੀਰ ਜੀ ਦੇ ਰਾਹੀਂ। ਕਹਿਣ ਲੱਗੇ ਕਿਆ ਇਹ ਜਨਤ ਵਿਚਾਰਾ,
ਇਹ ਵਿਚਾਰਾ ਮਨੁੱਖ ਕੀ ਚੀਜ਼ ਹੈ ਕਿ ਉਹਦੇ ਕੋਲ ਕਿਵੇਂ ਬਚੇ? ਦਿਨ ਰਾਤ ਧਰਮ ਸਥਾਨਾਂ 'ਤੇ ਮਾਇਆ ਤੋਂ ਬਚਣ ਦੀ, ਮਾਇਆ ਤੋਂ ਬਚਣ ਦੀ ਗੱਲ ਹੈ। ਆਖਿਰ ਸਾਨੂੰ ਮਾਇਆ ਸਮਝ ਨਹੀਂ ਪਏ? ਇੱਥੇ ਸਵਾਲ ਫਿਰ ਖੜਾ ਹੋ ਜਾਏਗਾ, ਮਾਇਆ ਕਿਸ ਨੂੰ ਆਖੀ? ਕਿਆ ਮਾਇਆ ਕਰਮ ਕਮਾਇਆ? ਕੱਲ ਇੱਥੇ ਇੱਕ ਸਵਾਲ ਖੜਾ ਕੀਤਾ ਸੀ ਬਾਬਾ ਕਬੀਰ ਜੀ ਨੇ ਸ਼ਬਦ ਦੇ ਆਰੰਭ ਵਿੱਚ, ਕਿ ਜੇ ਮਾਇਆ ਦੌਲਤ ਪੈਸੇ ਦਾ ਨਾਂ ਹੈ, ਸੰਪਦਾ ਦਾ ਨਾਂ ਹੈ, ਬਹੁਤ ਸਾਰੀ ਜਾਇਦਾਦ ਦਾ ਨਾਂ ਹੈ, ਆਪਣੀ ਵਹਿਮ ਦਾ ਨਾਂ ਹੈ, ਕਹਿੰਦੇ ਕਿ ਫਿਰ ਤਾਂ ਅਜੀਬ ਗੱਲ ਹੈ, ਜਿਹੜੀਆਂ ਮੱਛੀਆਂ ਪਾਣੀ ਵਿੱਚ ਰਹਿੰਦੀਆਂ ਨੇ ਬਾਬਾ ਕਬੀਰ ਕਹਿੰਦੇ ਉਹ ਵੀ ਮਾਇਆ ਦਾ ਦੀਆਂ ਬਣੀਆਂ ਹੋਈਆਂ ਨੇ, ਵਿਧੀਆਂ ਹੋਈਆਂ ਨੇ। ਹੁਣ ਮੱਛੀਆਂ ਨੇ ਕਿਹੜੀ ਉੱਥੇ ਜਾਇਦਾਦ ਬਣਾਈ, ਰਾਤ ਮਿਹਨਤ ਕੀਤੀ ਸੀ, ਉਹਨੇ ਕਿਹੜੇ ਬੈਂਕ ਬੈਲੈਂਸ ਬਣਾਏ ਨੇ, ਉਹਦੇ ਕੋਲ ਮਾਇਆ ਕਿਵੇਂ ਹੋਈ? ਦੀਪਕ ਪਤੰਗ ਮਾਇਆ ਕੇ ਛੇਦੇ, ਜਿਹੜੇ ਦੀਵੇ ਤੇ ਭੰਬੜ ਉੱਡ ਕੇ ਆਪਣੀ ਜਾਨ ਕੁਰਬਾਨ ਕਰ ਰਹੇ ਨੇ, ਅਸੀਂ ਤਾਂ ਕੁਰਬਾਨੀ ਵਾਲੇ ਨੂੰ ਪਤੰਗੇ ਦਾ ਨਾਮ ਦਿੰਦੇ, ਤੇ ਬਾਬਾ ਕਬੀਰ ਕਹਿੰਦੇ ਉਹ ਵੀ ਮਾਇਆ ਦੇ ਛੇਦੇ ਹੋਏ ਨੇ। ਸੋਚਣਾ ਪਏਗਾ ਮਾਇਆ ਕਿਸ ਨੂੰ ਆਖੀਏ, ਸਵਾਲ ਖੜੇ ਹੋਣਗੇ। ਰਾਤ ਆਪਾਂ ਅੱਧਾ ਸ਼ਬਦ ਵਿਚਾਰਿਆ ਸੀ, ਉਹਦੇ ਵਿੱਚ ਇਹੋ ਸਾਰਾ ਕਾਮ ਮਾਇਆ ਕੁੰਚਰ ਕੋ ਵਿਆਪੇ, ਭਾਵ ਛੋਟੀਆਂ ਛੋਟੀਆਂ ਇੱਕ ਇੱਕ ਤੰਦਾਂ ਦਾ ਵਰਤੋਂ ਕਰਕੇ ਮਾਇਆ ਨੇ ਬਣਿਆ ਹੋਣਾ। ਇੱਕ ਤੰਦ ਹੈ ਨਾ ਪਾਣੀ ਮੱਛੀ ਵਾਸਤੇ, ਇੱਕ ਤੰਦ ਹੈ ਉਹਨੂੰ ਨਹੀਂ ਛੱਡ ਸਕਦੀ, ਜਿਹਦੇ ਗ੍ਰਿਪ ਵਿੱਚ ਹੈ ਜਿਹਨੂੰ ਛੱਡ ਨਹੀਂ ਸਕਦੀ, ਉਹਦੇ ਲਈ ਉਹ ਇੱਕ ਤੰਦ ਹੈ। ਅੱਖਾਂ ਦਾ ਰੋਗ ਜਿਹੜਾ ਦੇਖ ਕੇ ਚਕਾ ਚੌਧ ਨੂੰ, ਦੇਖ ਕੇ ਚਮਕ ਨੂੰ, ਉਹਨੂੰ ਅਪਣਾ ਲੈਣਾ, ਉਹਨੂੰ ਗਲਵੱਕੜੀ ਵਿੱਚ ਲੈ ਲੈਣਾ, ਉਹਨੂੰ ਛੱਡ ਨਾ ਸਕਣਾ, ਇੱਕੋ ਰੋਗ ਹੈ। ਸਤਿਗੁਰ ਨੇ ਬਾਣੀ ਰੱਖਿਆ, ਕਹਿਣ ਲੱਗੇ ਮਿਰਗ ਮੀਨ ਭਿੰਗ ਪਤੰਗ ਕੁੰਚਰ ਇੱਕ ਦੁੱਖ ਵਿਨਾਸ, ਇੱਕ ਇੱਕ ਤੰਗ ਮਿਰਗ ਨੂੰ ਕੰਨਾਂ ਦਾ ਘੰਟੇ ਹੇੜੇ ਦੀ ਆਵਾਜ਼ ਸੁਣਦਾ, ਦੌੜ ਪੈਂਦੀ ਛੱਡ ਨਹੀਂ ਸਕਦਾ। ਭਵਰੇ ਨੂੰ ਨਾਸਕਾ ਦਾ ਰੋਗ ਹੈ, ਖੁਸ਼ਬੂ ਲੈਂਦਾ ਹੈ ਛੱਡ ਨਹੀਂ ਸਕਦਾ। ਕਮਲ ਫੁੱਲ ਮੀਨ ਮੱਛੀ ਨੂੰ ਜ਼ਬਾਨ ਦਾ ਰੋਗ ਹੈ, ਜੇਵਾ ਸਵਾਦੀ ਲੀਲਤ ਲੋਭ ਇਹ ਰੋਗ ਹੈ, ਉਹ ਪਾਣੀ ਨੂੰ ਤਿਆਗ ਨਹੀਂ ਸਕਦਾ। ਪਤੰਗ ਪਤੰਗੇ ਨੂੰ ਅੱਖਾਂ ਦਾ ਰੋਗ ਹੈ, ਉਹ ਚਮਕ ਦੇਖਦਾ, ਜਗਦੀ ਹੋਈ ਲਾਟ ਦੇਖਦਾ, ਉਹਨੂੰ ਛੱਡ ਨਹੀਂ ਸਕਦਾ। ਕੁੰਚਰ ਨੂੰ ਕਾਮ ਰੋਗ ਹੈ, ਉਹ ਕਾਲਭੂਤ ਦੀ ਹਸਤੀ ਨੂੰ, ਕਾਗਜ਼ ਦੀ ਹਥਰੀ ਨੂੰ ਵੇਖ ਕੇ ਛੱਡ ਨਹੀਂ ਸਕਦਾ। ਹੈਂ, ਇੱਕ ਇੱਕ ਰੋਗ ਨਾਲ ਇੱਕ ਇੱਕ ਪੂਰਾ ਜੀਵਨ ਬਰਬਾਦ ਹੋ ਰਿਹਾ ਹੈ। ਹਜ਼ੂਰ ਕਹਿੰਦੇ ਨੇ ਪਰ ਕਿਹੜੀ ਅਜੀਬ ਗੱਲ ਹੈ, ਜਿਸ ਮਨੁੱਖ ਵਿੱਚ ਇੱਕ ਨਹੀਂ, ਦੋ ਨਹੀਂ, ਪੰਜੇ ਰੋਗ ਹੋਣ, ਉਹਦੇ ਬਚਣ ਦੀ ਕਿੰਨੀ ਆਸ ਹੋ ਸਕਦੀ ਹੈ? ਗੁਰੂ ਕਹਿੰਦੇ ਮਿਰਗ ਮੀਨ ਭਿੰਗ ਪਤੰਗ ਕੁੰਚਰ ਇੱਕ ਦੁੱਖ ਬਿਨਾਸ, ਪੰਜ ਰੋਗ ਅਸਾ
दृष्टांत ला देते हैं। जल में मीन माया के भेद, दीपक पतंग माया के छेद, काम माया कुंचक को व्याप्त, प्रियंगम प्रेंग माया में खपे। माया ऐसी मोड़ी भाई, इन्हें ऐसा गलबा पाया हुआ है। जेते जी जिन्ने संसार दे जीव ने तेते डेकाई सारे इन्दे बैकावे विच, इन्दे तोखे विच, इन्दी ठगी विच आए हुए ने, ये वाक वाक रूप करके प्रमाण दे। लिस्ट बड़ी लंबी सी बाबा कबीर जी, उन्दे च केवल ते केवल वाक वाक जीवां दा ही नाम है। ਭਾਵੇਂ ਕੋਈ ਤਪਸਵੀ ਜੰਗਲਾਂ ਵਿੱਚ ਤਪ ਕਰ ਰਹੇ, ਭਾਵੇਂ ਨੌ ਨਾਥ ਨੇ, ਭਾਵੇਂ 84 ਸਿੰਧ ਨੇ, ਭਾਵੇਂ ਘੋੜੇ ਨੇ, ਭਾਵੇਂ ਊਠ ਨੇ। ਬੜੀ ਲੰਬੀ ਲਿਸਟ ਸੀ, ਮੈਂ ਸੰਖੇਪ ਵਿੱਚ ਅੱਗੇ ਵਧਣਾ ਚਾਹੁੰਦਾ ਤਾਂ ਕਿ ਆਪਾਂ ਰਿਜ਼ਲਟ 'ਤੇ ਪਹੁੰਚੀਏ। ਘੋੜੇ ਨੇ, ਊਠ ਨੇ, ਛੇ ਜਤੀ ਮਾਇਆ ਕੇ ਬੰਦਾ, ਉਹ ਵੀ ਮਾਇਆ ਦੇ ਬੰਦੇ ਨੇ। ਕਿਉਂ? ਕਿਉਂਕਿ ਜਪ ਧਾਰਨ ਕਰਨ ਲਈ ਉਹਨਾਂ ਨੂੰ ਸਪੈਸ਼ਲ ਕਿਸੇ ਨਿਯਮ ਵਿੱਚ ਬੱਝਣਾ ਪੈ ਰਿਹਾ। ਮਨੋ ਨਹੀਂ ਜ਼ਬਰਨ। ਹੁਣ ਆਉਣ ਤੋਂ ਪਹਿਲਾਂ ਬੱਚੇ ਸ਼ਬਦ ਪੜ੍ਹ ਰਹੇ ਸਨ, ਗ੍ਰਹਿ ਤੱਕ ਬਣ ਖਣ ਜਾਈਏ, ਤੂੰ ਖਾਈਏ ਕੰਦਾ, ਅਜਿਹੋ ਬੇਕਾਰ ਨਾ ਛੋੜੀ ਪਾਪੀ ਮਨ ਮੰਦਾ। ਘਰ ਤਾਂ ਛੱਡੇ ਨਹੀਂ ਜਾ ਰਹੇ, ਜ਼ਬਰਨ ਛੱਡ ਰਹੇ, ਘਰ ਛੱਡ ਕੇ ਜੰਗਲਾਂ ਵਿੱਚ ਜਾ ਰਹੇ ਆ, ਉੱਥੇ ਬੈਠਾ ਵੀ ਮਨ ਪਿੱਛੇ ਬੰਧਨ। ਕਹਿਣ ਲੱਗੇ ਛੇ ਜਤੀ ਮਾਇਆ ਕੇ ਬੰਦਾ, ਨੌ ਨਾਥ ਸੂਰਜ ਔਰ ਚੰਦਾ ਦਾ ਨਾਮ ਵੀ ਨਾਲ ਲੈ ਦਿੱਤਾ। ਕਹਿਣ ਲੱਗੇ ਜੋ ਚੀਜ਼ ਤਿਆਗ ਨਹੀਂ ਸਕਦੇ। ਹੁਣ ਸੂਰਜ ਚਮਕ ਦਿੰਦਾ, ਉਹਦੇ ਵਿੱਚ ਰੌਸ਼ਨੀ ਹੈ, ਪਰ ਲੋਕ ਉਹਦੇ ਨੇੜੇ ਨਹੀਂ ਜਾਂਦੇ ਕਿਉਂਕਿ ਉਹਦੇ ਵਿੱਚ ਅੱਗ ਹੈ। ਇੱਕ ਗੁਣ ਦੇ ਨਾਲ ਦੂਜਾ ਅਵਗੁਣ ਸਮਾਇਆ ਹੋਇਆ, ਕਿਉਂਕਿ ਅੱਗ ਜਿਹੜੀ ਅਵਗੁਣ ਹੈ, ਅੱਗ ਸੰਸਾਰ ਹੈ, ਨਿਰੰਕਾਰ ਨਹੀਂ। ਇਸੇ ਲਈ ਇਸ ਲਫ਼ਜ਼ ਨੂੰ ਆਪਾਂ ਚੰਗੀ ਤਰ੍ਹਾਂ ਸਪਸ਼ਟ ਕਰੀਏ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗਾ ਮਾਇਆ ਨਾਮ ਗਰਭ ਜੋਨ ਕਾ, ਮਾਇਆ ਨਾਮ ਗਰਭ ਜੋਨ ਕਾ। ਗਰਭ ਜੋਨ ਲਫ਼ਜ਼ ਇੱਕ ਸੰਕੇਤ ਹੈ, ਸਮਝਣਾ। ਕਿਉਂ? ਕਿਉਂਕਿ ਗਰਭ ਵਿੱਚ ਅੱਗ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਜੈਸੀ ਅਗਨ ਉਦਰ ਮੈਂ, ਹਰ ਚੀਜ਼ ਦਾ ਜਵਾਬ ਬਾਣੀ ਵਿੱਚ, ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ
時ですから言ってますね。ਅਗਲੀ ਲਾਈਨ ਪੜ੍ਹੋ ਤੇ ਇਹਦਾ ਇੱਕ ਹੋਰ ਰੂਪ ਦਾ ਵੀ ਜ਼ਿਕਰ ਕਰ ਦਿੱਤਾ, ਉਹ ਵੀ ਅੱਗੇ ਕਹਿਣ ਲੱਗੇ, ਮਾਇਆ ਅਗਨੇ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਗੱਲ ਕਰਤੇ ਦੀ ਵੀ ਨਾਲ ਜੋੜ ਦਿੱਤੀ, ਕਿਉਂਕਿ ਗੁਰਬਾਣੀ ਨੂੰ ਜਿਉਂ ਜਿਉਂ ਸਮਝਾਂਗੇ ਕੁਝ ਹੋਰ ਭੇਦ ਖੁੱਲਣਗੇ। ਸਾਰਾ ਖੇਲ ਕਰਤੇ ਦਾ ਕੀਤਾ ਹੋਇਆ। ਅਕਾਲ ਪੁਰਖ ਦੇ ਨਾਂ ਨੂੰ ਵੀ ਕਰਤਾ ਲਫ਼ਜ਼ ਕਿਉਂ ਵਰਤਿਆ? ਗੁਰਬਾਣੀ ਦੀ ਸ਼ਬਦਾਵਲੀ ਬੜੀ ਡੀਪ ਸਮਝਣ ਵਾਲੀ ਹੁੰਦੀ ਹੈ। ਕਹਿਣ ਲੱਗੇ, ਮਾਇਆ ਅਗਨ ਸਭ ਇੱਕੋ ਜਿਹੀ ਅਗਨ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਫਿਰ ਕਹਿਣ ਲੱਗੇ, ਮਾਇਆ ਅਗਨ ਸਭ ਇੱਕੋ ਜੇ ਇੱਕੋ ਜਿਹੀ ਨਹੀਂ ਤੇ ਇਹ ਖੇਲ ਕਰਤੇ ਨੇ ਰਚਾਇਆ। ਕਰਤੇ ਦਾ ਅਰਥ ਕੀ ਹੈ? ਸਿਰਜਣਹਾਰ, ਜਿਹਨੂੰ ਆਪਾਂ ਕਰਤਾ ਪੁਰਖ ਆਖਦੇ ਹਾਂ, ਕੁਝ ਬਣਾਉਣ ਵਾਲਾ। ਉਹਨੇ ਇਹ ਅੱਗ ਦਾ ਖੇਲ ਕਿਉਂ ਰਚਾਇਆ? ਆਤਿਸ਼ ਦੁਨੀਆ, ਆਤਿਸ਼ ਦਾ ਅਰਥ ਵੀ ਅੱਗ ਹੈ। ਸੰਸਾਰ ਨੂੰ ਅੱਗ ਬਣਾਇਆ, ਕਰਤੇ ਖੇਲ ਰਚਾਇਆ। ਇਹ ਗੱਲ ਦੋਨੋਂ ਆਪਸ ਵਿੱਚ ਬੜੀ ਜੋੜ ਕੇ ਦੇਖਣੀਆਂ ਨੇ, ਸਮਝ ਆ ਜਾਏ। ਕਰਤਾ ਸਿਰਜਣਹਾਰ ਹੈ, ਉਹਨੇ ਦੁਨੀਆ ਬਣਾਈ ਹੈ, ਕਰਤੇ ਨੇ ਬਣਾਈ। ਪਰ ਕੀ ਕਾਰਨ ਹੈ ਦੁਨੀਆ ਬਣਾਉਣ ਲੱਗਿਆਂ ਉਹਨੇ ਮਾਇਆ ਤੇ ਅਗਨ ਦੋ ਚੀਜ਼ਾਂ ਨੂੰ ਇਕੱਠਾ ਕੇ ਪਾ ਦਿੱਤਾ? ਲੋ ਇੱਥੇ ਸਮਝ ਲਿਆ, ਕਿਉਂਕਿ ਜਿੰਨੀ ਉਪਜ ਹੈ ਨਾ ਉਹ ਸਾਰੀ ਅੱਗ ਤੇ ਖੜੀ ਹੈ, ਅੱਗ ਤੇ ਖੜੀ ਹੈ। ਸੰਸਾਰ ਜਿਹੜਾ ਹੈ, ਇਸੇ ਲਈ ਆਤਿਸ਼ ਦੁਨੀਆ ਕਹਿਤਾ, ਕਿਉਂਕਿ ਸੰਸਾਰ ਜਿਹੜਾ ਹੈ ਉਹ ਅੱਗ ਤੇ ਹੀ ਖੜਾ ਹੈ। ਮਾਇਆ ਅੱਗ ਹੈ ਤੇ ਮਾਇਆ ਵਿੱਚੋਂ ਹੀ ਸੰਸਾਰ ਪੈਦਾ ਹੋਇਆ। ਵੈਸੇ ਵੀ ਆਹ ਸਮਰ ਆਉਂਦੀ ਹੈ, ਖੇਤ ਲੈ ਲੈਂਦੇ ਨੇ, ਜਿੰਨੀ ਉਪਜ ਪੈਦਾ ਹੁੰਦੀ ਹੈ ਕਿਸਾਨ ਦੀ ਧਰਤੀ ਵਿੱਚ ਸਾਰੀ ਗਰਮੀ ਚ ਆਉਂਦੀ ਹੈ। ਗਰਮੀ ਬਿਨਾਂ ਉਪਜ ਨਹੀਂ। ਸਾਡੀ ਸਾਇੰਸ ਦੀ ਗੱਲ, ਗੁਰੂ ਨੇ ਸਰਟੀਫਿਕੇਟ ਜਦੋਂ ਸਰਦੀਆਂ ਪੈਣੀਆਂ ਸ਼ੁਰੂ ਹੁੰਦੀਆਂ ਨੇ, ਅਸੀਂ ਕਹਿੰਦੇ ਹਾਂ ਹੁਣ ਘਾਹ ਨਹੀਂ ਵਧੇਗਾ, ਕਹਿੰਦੇ ਹਾਂ ਹੁਣ ਸਰਦੀ ਸ਼ੁਰੂ ਹੋ ਗਈ, ਹੁਣ ਘਾਹ ਨਹੀਂ ਵਧੇਗਾ। ਸਮਰ ਆਈ, ਘਾਹ ਵਧਣਾ ਸ਼ੁਰੂ ਹੋ ਗਿਆ। ਜਿੰਨੇ ਅਸੀਂ ਸਬਜ਼ੀਆਂ ਘਰ ਵਿੱਚ ਬੂਟੇ ਲਾਉਣੇ ਆ, ਸਾਰੇ ਗਰਮੀਆਂ ਵਿੱਚ ਵੱਧਦੇ, ਸਰਦੀਆਂ ਵਿੱਚ ਨਹੀਂ ਵੱਧਦੇ। ਜਿਹਨਾਂ ਬੂਟਿਆਂ ਨੂੰ ਮਾਲੀ ਨੇ ਪਾਲਣਾ ਹੁੰਦਾ, ਉਹਨੂੰ ਫਿਰ ਛੱਤਿਆਂ ਥੱਲੇ ਜਾ ਕੇ ਨਰਸਰੀਆਂ 'ਚ ਦੇਖੋ, ਉਹਨਾਂ ਵਾਸਤੇ ਸ਼ਹਿਰ ਬਣੇ ਹੋਏ, ਕਿਉਂਕਿ ਸਰਦੀਆਂ 'ਚ ਵੱਧ ਨਹੀਂ ਸਕਦੇ। ਉਹਨਾਂ ਨੂੰ ਵਧਣ ਫੁੱਲਣ ਲਈ ਗਰਮੀ ਚਾਹੀਦੀ, ਉਪਜ ਦਾ ਸਾਧਨ ਗਰਮੀ। ਉਪਜ ਦਾ ਜਿਹੜਾ ਮੇਨ ਕਿਰਿਆ ਦਾ ਸਾਧਨ ਹੈ ਉਹ ਗਰਮੀ। ਜਿਸ ਧਰਤੀ ਤੇ ਜਿਸ ਇਲਾਕੇ ਵਿੱਚ ਗਰਮੀ ਨਹੀਂ ਪੈਂਦੀ, ਕੇਵਲ ਸਰਦੀ ਤੇ ਬਰਫਾਂ ਪਈਆਂ ਰਹਿੰਦੀਆਂ ਨੇ, ਉੱਥੇ ਕੁਛ ਨਹੀਂ ਪੈਦਾ ਹੁੰਦਾ।
ਸਾਇੰਸ ਦੀ ਗੱਲ ਹੈ, ਗੁਰਬਾਣੀ ਵਿੱਚੋਂ ਸਾਨੂੰ ਸਮਝਣ ਦੀ ਲੋੜ ਹੈ, ਜ਼ਰੂਰਤ ਹੈ। ਬੂਟੇ ਜਿੰਨੇ ਪੈਦਾ ਹੁੰਦੇ ਨੇ ਗਰਮੀਆਂ ਵਿੱਚ, ਜਿਸ ਵੇਲੇ ਸਰਦੀਆਂ ਸ਼ੁਰੂ ਹੁੰਦੀਆਂ ਨੇ, ਜਾਂ ਤਾਂ ਅਸੀਂ ਬੂਟਿਆਂ ਨੂੰ ਅੰਦਰ ਰੱਖਦੇ ਹਾਂ, ਸੰਭਾਲਦੇ ਹਾਂ, ਜਾਂ ਮਰ ਜਾਂਦੇ ਨੇ। ਹੁਣ ਉਹ ਕਰਤਾ ਪੁਰਖ ਹੈ, ਉਹਨੇ ਸ੍ਰਿਸ਼ਟੀ ਦੀ ਉਪਜ ਕੀਤੀ ਹੈ, ਕਿਸਾਨ ਨੇ ਜਿਵੇਂ ਕੀਤੀ, ਉਹਨੇ ਤਾਂ ਮੌਸਮ ਪੈਦਾ ਕਰਨਾ ਹੈ, ਉਹਨੇ ਵੀ ਉਪਜ ਦਾ ਮੌਸਮ ਬਣਾਉਣਾ ਹੈ। ਇਹ ਸਾਰਾ ਸੰਸਾਰ ਜਿਹੜਾ ਹੈ ਉਹਦੀ ਬਾਣੀ ਹੈ, ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਜਗਤ ਸਭ ਬਾਣੀ। ਉਹ ਇੱਕ ਮਾਲਕ ਹੈ, ਸਾਰਾ ਸੰਸਾਰ ਉਹਦੀ ਬਾਣੀ ਹੈ, ਤੇ ਜਿਹਦੀ ਬਾਣੀ, ਜਿਸਨੇ ਦਰਖਤ, ਜਿਸਨੇ ਬੂਟੇ ਪੈਦਾ ਕੀਤੇ ਨੇ, ਤੇ ਫਿਰ ਇੱਕ ਵਾਰ ਪੈਦਾ ਨਹੀਂ ਕੀਤੇ, ਉਹਨਾਂ ਵਿੱਚ ਕੰਟੀਨਿਊ ਕੀ ਰੱਖੀ। ਸੰਸਾਰ ਦੀ ਕਹਾਣੀ ਖਤਮ ਨਹੀਂ ਹੋਣ ਦੇਣਾ ਚਾਹੀਦਾ। ਕਰਕੇ ਜੇ ਪੁਰਾਣੇ ਹੋ ਕੇ ਬੂਟੇ ਜਾਣ ਤਾਂ ਨਵੇਂ ਬੂਟੇ ਆਪਣੇ ਆਪ ਪੈਦਾ ਹੁੰਦੇ ਰਹਿ। ਕਰਤਾ ਕਰਤਾ ਪੁਰਖ ਉਹਨੇ ਇਸ ਲਈ ਇਹਨੂੰ ਆਤਿਸ਼ ਦੁਨੀਆ ਬਣਾਇਆ। ਲਓ ਅਰਜ਼ ਕਰਾਂ, ਇੱਥੇ ਚੰਗੀ ਤਰ੍ਹਾਂ ਸਮਝਣ, ਸੰਸਾਰ ਅੱਗ ਕਿਉਂ ਹੈ? ਸੰਸਾਰ ਨੂੰ ਉਹਨੇ ਅੱਗ ਦਿੱਤੀ, ਇਹਦੇ ਵਿੱਚ ਗਰਮੀ ਪਾਈ ਤਾਂ ਕਿ ਇਹ ਚੱਲਦਾ ਰਹੇ, ਆਪਣੇ ਆਪ ਸੰਸਾਰੀ ਲੋਕ ਪੈਦਾ ਹੁੰਦੇ ਰਹਿਣ। ਪਰ ਸੰਸਾਰੀ ਇਹ ਖਿਆਲ ਕਰਿਓ, ਸੰਸਾਰੀ ਲੋਕ ਪੈਦਾ ਹੁੰਦੇ ਰਹਿਣ, ਇਸ ਲਈ ਉਹਨੇ ਜਠਰਾ ਅਗਨ, ਮਾਤਾ ਦੇ ਗਰਭ ਦੀ ਅਗਨ ਤੋਂ ਬਾਅਦ ਫਿਰ ਦੋ ਅਗਨਾਂ ਪੈਦਾ ਕਰ ਦਿੱਤੀਆਂ, ਰੂਪ ਬਦਲਦੇ ਗਏ। ਕਹਿਣ ਲੱਗੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਖੇਲ ਹੁੰਦਾ ਸੁਭਾਣਾ ਤਾਂ ਜੰਮਿਆ, ਜਠਰ ਅਗਨੀ ਵਿੱਚੋਂ, ਗਰਭ ਦੀ ਅਗਨੀ ਵਿੱਚੋਂ ਮਾਇਆ ਦੀ ਅਗਨੀ ਵਿੱਚ ਆ ਗਿਆ। ਜਾਤਿ ਸੁਭਾਣਾ ਤਾਂ ਜੰਮਿਆ, ਪਰਵਾਰ ਭਲਾ ਭਾਇਆ। ਜਦੋਂ ਇਹਨੇ ਜਨਮ ਲਿਆ, ਪਰਿਵਾਰ ਨੇ ਬੜਾ ਚੰਗਾ, ਬੜੀਆਂ ਵਧਾਈਆਂ ਦਿੱਤੀਆਂ, ਭਰਾ ਪਾਇਆ, ਬਹੁਤ ਚੰਗਾ ਹੋਇਆ, ਫਲਾਣੇ ਦੇ ਘਰ ਜੀਵ ਆਇਆ, ਜਨਮ ਲਿਆ। ਪਰ ਵਿਚਾਰੇ ਪਰਿਵਾਰ ਦੇ ਕੀ ਜਾਣਨ, ਜਿਸ ਅੱਗ ਵਿੱਚ ਅਸੀਂ ਪਏ ਹੋਏ ਹਾਂ, ਇਹ ਵੀ ਉੱਥੇ ਜਾ ਗਏ। ਬੜਾ ਖੁਸ਼ ਨੇ ਕਿ ਨਵਾਂ ਜੀਵ ਆਇਆ, ਗੁਰੂ ਨੇ ਐਵੇਂ ਨਹੀਂ ਆਖ ਦਿੱਤਾ ਕਿ ਜੋ ਕੰਮ ਕਰਦੇ ਕਰਦੇ ਉਹ ਚਲੇ ਗਏ, ਸ਼ੁਰੂ ਹੋ ਗਏ। ਪਿਤਾ ਉਸ ਅੱਗ ਦੀ ਸੰਪੂਰਨਤਾ ਵਾਸਤੇ ਕੁਝ ਕਰਦਾ ਕਰਦਾ ਚਲਾ ਗਿਆ,
ਜਿਸ ਵੇਲੇ ਉਹ ਚਲਾ ਗਿਆ ਪੁੱਤਰ ਨੂੰ ਉਹ ਕੰਮ ਉਹ ਸੰਭਾਲ ਲਿਆ, ਉਹਨੇ ਆਖਿਆ ਤੇਰੀ ਕੰਟੀਨਿਊਟੀ ਮੈਂ ਰੱਖ। ਅਗਲੇ ਮੂਹੇ ਸੇਪਾ ਛੇ ਭਰੇ, ਜੋ ਉਭਰੇ ਜਿਹੜੇ ਚਲੇ ਗਏ ਚਲੇ ਗਏ, ਜਿਹੜੇ ਨਵੇਂ ਪੈਦਾ ਹੋਏ ਜੋ ਉਭਰੇ ਸੋ ਵੱਧ ਲੱਕ ਖਰੇ, ਉਹਨਾਂ ਉਸੇ ਕੰਮ ਦੀ ਲੱਕ ਬਣ ਲਿਆ। ਆਪਾਂ ਕਹਿੰਦੇ ਹਾਂ ਜਦੋਂ ਕੰਮ ਕੋਈ ਅੱਗੇ ਤੋਰ ਲਈ ਚਲੋ ਹੁਣ ਇਹਨੇ ਵੀ ਉਹੀ ਲੱਕ ਬਣ ਲਿਆ। ਕਹਿਣ ਲੱਗੇ ਅਗਲੇ ਮੂਹੇ ਸੇ ਪਾਛੇ ਭਰੇ, ਜੋ ਉਭਰੇ ਸੋ ਵੱਧ ਲੱਕ ਖਰੇ, ਜੇ ਧੰਦੇ ਮੈਂ ਉਹ ਲਪਟਾਏ, ਜਿਹੜੇ ਧੰਦੇ ਕਰਦੇ ਕਰਦੇ ਉਹ ਮੱਕ ਮਰ ਗਏ ਚਲੇ ਗਏ, ਹੁਣ ਤੇ ਦੁੱਗਣ ਦਿਵੀ ਸਮਾਏ। ਉਹ ਮਾਇਆ ਜਿਹੜੇ ਸੀ ਜਿਹੜੀ ਕਿ ਹਿਰਦੇ 'ਤੇ ਕੰਮ ਕਰ ਰਹੀ ਸੀ, ਉਹਨਾਂ ਨਾਲੋਂ ਨਵਿਆਂ ਨੇ ਦੁੱਗਣੀ ਦ੍ਰਿੜ ਕਰ ਲਈ ਹੈ। ਤੂੰ ਇੰਨੀ ਕਮਾਈ ਕਰਕੇ ਦੇ ਗਏ, ਮੈਂ ਹੁਣ ਇਸ ਸੰਪਦਾ ਨੂੰ ਵਧਾਵਾਂਗਾ, ਜਿਹੜਾ ਨਾ ਸਮਝਾ ਵਧਾਵੇ ਨਾ ਉਹਨੂੰ ਲੋਕ ਨਲਾਇਕ ਪੁੱਤਰ ਆਖਦੇ ਨੇ। ਲਾਇਕ ਉਸੇ ਨੂੰ ਆਖਦੇ ਨੇ ਜਿਹੜਾ ਪਹਿਲੀ ਢੇਰੀ ਨਾਲੋਂ ਵੱਡੀ ਢੇਰੀ ਬਣਾ ਦੇਵੇ। ਗੁਰਬਾਣੀ ਨੇ ਕੋਈ ਪਾਸਾ ਛੱਡਿਆ ਨਹੀਂ, ਕਹਿਣ ਲੱਗੇ ਜੇ ਦੰਦੇ ਮੈਂ ਉਹ ਲਪਟਾਏ, ਉਹਨੇ ਦੁੱਗਣ ਦੀ ਰਿੰਦੜੀ ਸਮਾਏ, ਉਹਦੇ ਨਾਲੋਂ ਦੁੱਗਣੀ ਮਾਇਆ ਇਕੱਠੀ ਕਰ ਲਈ, ਉਹਦੇ ਨਾਲੋਂ ਦੁੱਗਣੀ ਸੰਪਦਾ ਬਣਾ ਲਈ, ਉਹਦੇ ਨਾਲੋਂ ਜ਼ਿਆਦਾ ਘਿਰ ਗਿਆ। ਕਹਿੰਦੇ ਨੇ ਘਿਰਿਆ ਕਿਸ ਚੀਜ਼ ਵਿੱਚ, ਲੋ ਇੱਥੇ ਫਿਰ ਆਉਣਾ ਚਾਹੁੰਦਾ। ਕਹਿਣ ਲੱਗੇ ਖੁਸ਼ ਹੋ ਗਏ, ਪਰ ਕਹਿਣ ਲੱਗੇ ਜੀਵ ਲਈ ਕੀ ਹੋਇਆ, ਮਾਇਆ ਨੇ ਪਹਿਲਾ ਰੂਪ ਇਹਦੀ ਚੋਰੀ ਪਾ ਦਿੱਤਾ। ਲੈ ਤੂੰ ਆ ਗਿਆ ਇਸ ਆਤਿਸ਼ ਦੁਨੀਆ ਵਿੱਚ, ਇਸ ਅੱਗ ਦੇ ਸੰਸਾਰ ਵਿੱਚ ਆ ਗਿਆ, ਲੈ ਤੇਰੀ ਚੋਰੀ ਵੀ ਇਹ ਕੋਈ ਪਾਏਗਾ। ਕੀ ਸੀ ਕਹਿਣ ਲੱਗੇ ਛੁਟਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਦਾ ਹੁਕਮ ਚੱਲ ਗਿਆ, ਲੋ ਦੇਖਣਾ ਹੋਏਗਾ ਵੀ ਮਾਇਆ ਹੈ ਕੀ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਨ ਕਮਾਏ। ਮਾਇਆ ਨੇ ਪਹਿਲਾਂ ਆਪਦਾ ਹੁਕਮ ਚੜਾਇਆ, ਆਖਿਆ ਲੈ ਤੇਰੀ ਝੋਲੀ ਤ੍ਰਿਸ਼ਨਾ ਪਾਏ। ਕ੍ਰਿਸ਼ਨ ਫਿਰ ਅੱਗੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੀ ਕ੍ਰਿਸ਼ਨ ਵਿਰਲੇ ਹੀ ਕੀ ਬੁਝੀ ਹੈ, ਕ੍ਰਿਸ਼ਨ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਰ ਨਾ ਹੋ। ਜਿਹਨੇ ਇੱਕ ਕਰੋੜ ਜੋੜਿਆ ਉਹ ਕਹਿੰਦੇ ਨਹੀਂ ਲੱਖ ਕਰੋੜ ਹੋ ਜਾਏ, ਹਜ਼ਾਰਾਂ ਲੱਖਾਂ ਕਰੋੜ ਜੋੜ ਕੇ ਵੀ ਸਬਰ ਨਹੀਂ ਆ ਰਿਹਾ। ਦਿਨ ਰਾਤ ਜ਼ੁਲਮ ਤੱਕ ਅਸੀਂ ਅੱਖੀਂ ਦੇਖ ਰਹੇ ਹਾਂ, ਰੋਜ਼ ਤਾਰੀਫ ਵੀ ਕਰ ਰਹੇ ਹਾਂ, ਗਲਹਾਰ ਵੀ ਪਾ ਰਹੇ ਹਾਂ, ਅੱਗ ਵਿੱਚ ਭੁੱਜੇ ਹੋਏ ਨੇ। ਹੁਣ ਦੇਖਿਓ
ਜਿਨ੍ਹਾਂ ਦੇ ਸਤਾ ਤੇ ਬੈਠੇ ਹੋਏ ਲੋਕ ਅੱਗ ਵਿੱਚ ਇੰਨਾ ਭਾਂਬੜ ਬਣ ਚੁੱਕੇ ਹੋਣ ਉਹਨਾਂ ਦੀ ਬੁੱਕਲ ਵਿੱਚ ਬੈਠੇ ਲੋਕਾਂ ਨੂੰ ਟਿਕਾਓ ਸ਼ਾਂਤੀ ਕਿਵੇਂ ਆ ਸਕਦੀ ਹੈ। ਇਹ ਹੀ ਹੈ ਵੀ ਉਹ ਅਜੇ ਉਹ ਲੱਖ ਕਰੋੜਾਂ ਤੇ ਪਹੁੰਚੇ ਨੇ, ਉਹ ਕਰੋੜਾਂ ਤੇ ਪਹੁੰਚੇ ਨੇ, ਗੱਲ ਤੇ ਉੱਥੇ ਹੀ ਹੈ। ਕਹਿੰਦੇ ਇਹੋ ਕਾਰਨ ਹੈ ਇਸ ਅੱਗ ਦੀ ਝੋਲੀ ਪੈ ਗਿਆ, ਅੱਗ ਵਿੱਚੋਂ ਉਪਜਿਆ। ਜਿਸ ਦਿਨ ਅੱਗ ਖਤਮ ਹੋ ਗਈ ਉਸ ਦਿਨ ਸੰਸਾਰ ਦੀ ਹੋਂਦ ਖਤਮ ਹੋ ਗਈ। ਬਾਬਾ ਕਬੀਰ ਜੀ ਕਹਿਣ ਲੱਗੇ ਅੱਗੇ ਜਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤਾਂ ਇਹ ਦੇਖਣਾ ਕਿ ਮਾਇਆ ਅੰਤਰ ਭੀਨੇ ਦੇਵ ਦੇਵੀ ਦੇਵਤੇ ਵੀ ਜਿਹੜੇ ਨੇ ਉਹ ਵੀ ਮਾਇਆ ਦੀ ਉਪਜੀ ਨੇ। ਕਿਉਂਕਿ ਦੁਨੀਆਂ ਅੰਦਰ ਜੇ ਕਿਸੇ ਦੀ ਕੋਈ ਲੋੜ ਨਾ ਹੁੰਦੀ, ਦੁੱਖ ਸੁੱਖ ਨਾ ਹੁੰਦਾ ਤੇ ਕਿੰਨੇ ਦੇਵੀ ਦੇਵਤਿਆਂ ਦੀ ਹੋਂਦ ਪੈਦਾ ਕਰਨੀ ਸੀ, ਕਿੰਨੇ ਪੂਜਣਾ ਸੀ। ਈਵਨ ਜੇ ਅੰਨ ਦੀ ਲੋੜ ਸੀ ਤਾਂ ਅੰਨ ਦੇਵਤਾ ਆਖਿਆ, ਜੇ ਪਾਣੀ ਦੀ ਲੋੜ ਸੀ ਤਾਂ ਪਾਣੀ ਦੇਵਤਾ ਆਖਿਆ। ਅੰਨ ਦੀ ਲੋੜ ਸੀ ਪਹਿਲੀ ਗ੍ਰਹਿ ਤੋੜੀ ਮੱਥੇ ਨੂੰ, ਤੁਸੀਂ ਦੇਖਿਆ ਹੋਣਾ ਕਈ ਬਜ਼ੁਰਗ ਇਸ ਤਰ੍ਹਾਂ ਕਰਦੇ ਹੁੰਦੇ, ਪਹਿਲੀ ਗ੍ਰਹਿ ਤੋੜਨੀ ਮੱਥੇ ਨੂੰ। ਦੇਵਤਾ ਪਾਣੀ ਦੇਵਤਾ, ਨਸੰਤਰ ਦੇਵਤਾ, ਭਾਵਾਂਦਵੀ ਦੇਵਤਾ, ਲੂਣਵੀ ਦੇਵਤਾ, ਇਹਨਾਂ ਲੋੜਾਂ ਨੇ ਤਾਂ ਦੇਵਤੇ ਪੈਦਾ ਕਰ ਦਿੱਤੇ। ਹੁਣ ਬਾਬਾ ਕਬੀਰ ਜੀ ਦਾ ਖਿਆਲ ਕਿੰਨਾ ਸਪਸ਼ਟ ਹੈ, ਕਹਿਣ ਲੱਗੇ ਜਿੰਨੇ ਦੇਵਤੇ ਵੀ ਪੈਦਾ ਹੋਏ ਨੇ ਸਾਰੇ ਇਸੇ ਲੋੜ ਵਿੱਚੋਂ ਹੀ ਪੈਦਾ ਹੋਏ ਨੇ, ਸਾਰੇ ਇਸ ਲੋੜ ਵਿੱਚ। ਇੰਨੀ ਮਿੱਠੀ ਹੈ ਗੁਰੂ ਨੇ ਬਾਣੀ ਵਿੱਚ ਇਸ ਲਈ ਕਹਿ ਦਿੱਤਾ, ਹਦਾਇ ਸਰ ਜਿਹੜੇ ਕਿੰਨੇ ਵਸ ਆਪਣੇ ਤ੍ਰੈ ਗੁਣ ਪਵਨ ਚਤੁਰ ਸੰਸਾਰਾ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ। ਅੱਗੇ ਜਾ ਕੇ ਇਹ ਲਫ਼ਜ਼ ਇੱਥੋਂ ਤੱਕ ਕਹਿ ਦਿੱਤੇ, ਕਹਿਣ ਲੱਗੇ ਨਾ ਸੁਣੀਏ ਨਾ ਮੁਖ ਤੇ ਬਕੀਏ ਨਾ ਮੋਹੇ ਇਹ ਡੀਠੀ ਨਾ ਆਖੇ ਕੰਨਾਂ ਨਾਲ ਕਦੀ ਸੁਣੀਏ ਕਿੱਥੇ ਰਹਿੰਦੀ ਨਾ ਮੂੰਹ ਅਸੀਂ ਕਹਿ ਕੇ ਦਿਖਾ ਸਕਦੇ ਹਾਂ ਦੱਸ ਸਕਦੇ ਹਾਂ ਇੱਥੇ ਰਹਿੰਦੀ ਨਾ ਅੱਖਾਂ ਨਾਲ ਕਦੀ ਵੇਖਿਆ ਵੀ ਕਿਵੇਂ ਮੋਹ ਲੈਂਦੀ ਕਿਵੇਂ ਅਸਰ ਅੰਦਾਜ਼ ਹੁੰਦੀ। ਸਾਨੂੰ ਵੀ ਨਹੀਂ ਪਤਾ ਲੱਗਦਾ ਕਦੋਂ ਅਸੀਂ ਉਹਦੀ ਗ੍ਰਿਪ ਵਿੱਚ ਬਚ ਜਾਂਦੇ ਹਾਂ ਕਦੋਂ ਉਹਦੇ ਜੰਗਲ ਸਗਲਾਂ ਵਿੱਚ ਫਸ ਜਾਂਦੇ ਹਾਂ। ਐਸੀ ਠਗੌਰੀ ਪਾਏ ਬੁਲਾਵੇ ਮਾਇਆ ਕਿਸ ਨੂੰ ਆਖੀਏ, ਐਸੀ ਠਗੌਰੀ ਪਾਏ ਬੁਲਾਵੇ ਮਨ ਸਭ ਕੋ ਲੱਗੇ ਮਿੱਠੀ। ਇਹੋ ਜਿਹੀ ਠੱਗੀ ਕਰਦੀ ਹੈ ਕਿ ਸਾਰਿਆਂ ਨੂੰ ਚੰਗੀ ਲੱਗਦੀ, ਮਨੁੱਖ ਲੁੱਟਿਆ ਜਾ ਰਿਹਾ ਪਰ ਫਿਰ ਉਹਨੂੰ ਛੱਡ ਨਹੀਂ ਸਕਦਾ। ਆਤਮਕ ਸਾਰੀ ਜਾਇਦਾਦ ਲੁੱਟੀ ਜਾ ਰਹੀ ਹੈ, ਗੁਣ ਸਾਰੇ ਲੁੱਟੇ ਜਾ ਰਹੇ ਨੇ ਪਰ ਫਿਰ ਵੀ। ਬੜਾ ਖੂਬਸੂਰਤ ਥਾਂ ਤੇ ਉਦਾਹਰਨ ਦਿੱਤਾ ਗੁਰੂ ਨੇ, ਕਹਿਣ ਲੱਗੇ ਸ਼ੱਕਰ ਖੰਡ ਮਾਇਆ ਤਨ ਮਿੱਠੀ, ਜਿਹੜੀ ਤਨ ਵਿੱਚ ਕਿਉਂਕਿ ਤਨ ਇਸ ਲਈ ਵਰਤਿਆ ਨੇ ਸੰਸਾਰ ਦਾ ਹਿੱਸਾ। ਕਹਿਣ ਲੱਗੇ ਸ਼ੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ,
ਕਿਸੇ ਨੇ ਥੋੜ੍ਹੀ ਜਿਹੀ ਸ਼ੱਕਰ ਲਈ ਹੋਵੇਗੀ, ਕਿਸੇ ਨੇ ਥੋੜ੍ਹੀ ਜਿਹੀ ਮਿਠਾਈ ਲਈ ਹੋਵੇਗੀ। ਅਸੀਂ ਤਾਂ ਪੰਡਾ ਭਰ ਕੇ ਇਸ ਮਿੱਠੀ ਮਾਇਆ ਦੀ ਜਿਹੜੇ ਪਦਾਰਥਵਾਦ ਹੈ, ਇਸ ਸਾਰੇ ਝੂਠ ਫਰੇਬ ਅਤੇ ਠੱਗੀਆਂ ਨੂੰ ਆਪਣੇ ਬੰਨ ਬੰਨ ਕੇ ਸਿਰ 'ਤੇ ਚੁੱਕਿਆ ਹੋਇਆ ਹੈ। ਗੁਰਬਾਣੀ ਦਾ ਫੈਸਲਾ ਹੈ, ਸਕਰਖੰਡ ਮਾਇਆ ਤਨ ਮਿੱਠੀ, ਹਮ ਤੋਂ ਪੰਡ ਉਚਾਈ ਰੇ, ਮੈਂ ਤੇ ਪੰਡ ਬਣ ਕੇ ਧਰੀ ਹੋਈ ਹੈ ਸਿਰ 'ਤੇ, ਉਸੇ ਦੇ ਭਾਰ ਥੱਲੇ ਹੀ ਦੱਬ ਕੇ ਜੀਵਨ ਖਤਮ ਹੋ ਰਿਹਾ। ਹਮ ਤੋਂ ਪੰਡ ਉਚਾਈ ਰੇ, ਮੇਰੀ ਇਹ ਨਹੀਂ। ਇੱਕ ਥਾਂ ਹੋਰ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਲੱਜ ਟੂਕਸ ਮੂਸਾ ਬਹਾਈ ਰੇ, ਮੈਨੂੰ ਹਾਲਤ ਇਹ ਬਣੀ ਹੋਈ ਹੈ ਕਿ ਤਨ ਦੀ ਪੀੜ੍ਹੀ ਸਵਾਸਾਂ ਦੀ ਲੱਜ ਨਾਲ ਬੰਨੀ ਹੋਈ ਹੈ, ਸਵਾਸਾਂ ਦੀ ਲੱਜ ਨਾਲ ਤਨ ਦੀ ਪੀੜ੍ਹੀ ਬੰਨੀ ਹੋਈ ਹੈ, ਉਹਦੇ ਵਿੱਚ ਬੈਠਾ ਹੈ ਜੀਵ, ਉਹਦੇ ਵਿੱਚ ਜੀਵ ਬੈਠਾ ਹੈ, ਤੇ ਉਹ ਪੀੜ੍ਹੀ ਜਿਹੜੀ ਹੈ ਉਹ ਮੌਤ ਦੇ ਖੂਹ ਵਿੱਚ ਲਟਕ ਰਹੀ ਹੈ। ਗੁਰਬਾਣੀ ਦਾ ਐਗਜ਼ਾਮਪਲ ਕਹਿੰਦੇ ਨੇ ਜੀਵ ਕਿੱਥੇ ਬੈਠਾ ਹੈ, ਤਨ ਦੀ ਪੀੜ੍ਹੀ 'ਤੇ, ਤੇ ਤਨ ਦੀ ਪੀੜ੍ਹੀ ਸਵਾਸਾਂ ਦੀ ਲੱਜ ਨਾਲ ਬੰਨੀ ਹੋਈ ਹੈ, ਇੰਨਾ ਕਹਿੰਦਾ ਜੀਵਨ, ਤੇ ਮੌਤ ਦੇ ਖੂਹ ਵਿੱਚ ਲਟਕ ਰਹੀ ਹੈ, ਉਹਦੇ ਵਿੱਚ ਬੈਠਾ ਜੀਵ, ਉੱਪਰ ਜਿਹੜਾ ਹੈ ਉਹ ਕਾਲ ਦਾ ਚੂਹਾ ਹੈ ਜਿਹੜਾ ਇਹਦੀ ਲੱਜ ਨੂੰ ਕੱਟ ਰਿਹਾ। ਰਹਿਣ ਅੰਧਾਰੀ ਸੁਝ ਸੁਨਾਹੀ, ਲੱਜ ਟੂਕਸ ਮੂਸਾ ਭਾਈ ਰਹੇ, ਭਾਈ ਰਹੇ, ਕਦੀ ਸੋਚ ਉੱਤੇ ਇੱਕ ਚੂਹਾ ਬੈਠਾ ਹੈ, ਉਹ ਹੈ ਕਾਲ, ਉਹ ਇਸ ਲੱਜ ਜਿਹੜੀ ਨਾਲ ਪੀੜ੍ਹੀ ਤਣ ਦੀ ਬੰਨੀ ਹੋਈ ਹੈ ਇਹਨੂੰ ਟੁੱਕ ਰਿਹਾ। ਪਰ ਕਹਿੰਦੇ ਨੇ ਮੈਂ ਹੈਰਾਨ ਹੁੰਦਾ ਕਿ ਉਸ ਤਣ ਦੀ ਪੀੜ੍ਹੀ 'ਤੇ ਬੈਠਾ ਹੋਇਆ ਜੀਵ ਉੱਥੇ ਵੀ ਬੈਠਾ ਸ਼ੱਕਰ ਖਾਂਡੀ ਖਾ ਰਿਹਾ, ਉੱਧਰ ਪਦਾਰਥਵਾਦ ਦੇ ਦੁਨੀਆ ਦੀ ਐਸ਼ ਮਾਇਆ ਇਕੱਠੀ ਇਹ ਇਕੱਠੀ ਕਰ ਲਵਾਂ, ਇਸ ਪਦਵੀ 'ਤੇ ਬਹਿ ਜਾਵਾਂ, ਆਹ ਸਿੰਘਾਸਨ ਮੇਰਾ ਹੋ ਜਾਏ, ਬਸ ਇਹੋ ਕੁਝ ਦੌੜ ਲੱਗ ਗਈ। ਮਨੁੱਖ ਇਸ ਤਨ ਦੀ ਪੀੜ੍ਹੀ 'ਤੇ ਬੈਠਾ ਹੋਇਆ ਜੀਵ ਜਿਹੜਾ ਹੈ ਉਹ ਸ਼ੱਕਰ ਖੰਡ ਅਤੇ ਮਿਠਾਈ ਖਾ ਰਿਹਾ, ਗਿਰਤ ਕੂਪ ਮੈਂ ਖਾਏ ਮਿਠਾਈ, ਗੁਰਬਾਣੀ ਖੂਹ ਵਿੱਚ ਡਿੱਗ ਰਿਹਾ, ਲੱਜ ਜਿਹੜੀ ਮੂਸਾ ਟੁੱਕ ਰਿਹਾ ਖੂਹ ਵਿੱਚ ਡਿੱਗ ਰਿਹਾ, ਗਿਰਤ ਕੂਪ ਮੈਂ ਖਾਏ ਮਿਠਾਈ, ਉੱਥੇ ਬੈਠਾ ਵੀ ਮਿਠਾਈ ਖਾਣ ਵਿੱਚ ਰੁੱਝਿਆ ਹੋਇਆ, ਇਹ ਸੋਚਦਾ ਹੀ ਨਹੀਂ ਪਤਾ ਨਹੀਂ ਕਿੰਨੀਆਂ ਕੁ ਤੰਦਾਂ ਰਹਿ ਗਈਆਂ ਨੇ ਇਸ ਲੱਜ ਦੀਆਂ, ਸਵਾਸ ਕਿੰਨੇ ਕੁ ਰਹਿ ਗਏ ਨੇ, ਕਦੋਂ ਚਲਾ ਜਾਣਾ, ਸਮੇਸ ਇਸ ਖੰਡ ਦੇ, ਸਮੇਟ ਇਸ ਤਨ ਦੀ ਪੀੜ੍ਹੀ ਦੇ, ਇਸ ਸੰਸਾਰ ਦੇ ਕਾਲ ਰੂਪ ਮੌਤ ਦੇ ਖੂਹ ਵਿੱਚ ਡਿੱਗ ਪੈਣਾ, ਇਹ ਕਹਾਣੀ ਹੈ ਇਸ ਮਾਇਆ ਦੀ। ਕਹਿਣ ਲੱਗੇ ਇਸ ਲਈ ਭਰਿਆ ਮਾਇਆ ਦਾ ਇੱਕ ਰੂਪ ਨਹੀਂ, ਪਤਾ ਹੀ ਨਹੀਂ ਤੈਨੂੰ ਠੱਗੀ ਹੈ ਨਾ, ਠੱਗ ਦੀ ਨਿਸ਼ਾਨੀ ਹੁੰਦੀ ਹੈ ਅਗਲੇ ਪਲ ਪਤਾ ਨਹੀਂ ਕਿਸ ਰੂਪ ਵਿੱਚ ਆ ਜਾਣਾ। ਕਹਿਣ ਲੱਗੇ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਨ ਤੋਂ ਮਾਇਆ, ਆਪਣੀ ਰਸਨਾ ਤੋਂ ਇਸੇ ਵੀ ਕਹਿਣ ਲੱਗੇ, ਕਹਿਣ ਲੱਗੇ ਵੇਸ ਕਰੇ ਬਹੁ ਰੂਪ ਦਿਖਾਵੇ, ਇਹਦੇ ਵੱਖਰੇ ਵੱਖਰੇ ਰੂਪ ਨੇ,
ਮੱਛੀ ਲਈ ਪਾਣੀ ਦਾ ਰੂਪ ਹੈ, ਪਤੰਗੇ ਲਈ ਅੱਗ ਦੀ ਲਾਟ ਦਾ ਰੂਪ ਹੈ। ਕਹਿਣ ਲੱਗੇ ਇਸੇ ਤਰ੍ਹਾਂ ਭਿੰਡਮ ਲਈ ਜ਼ਹਿਰ ਦਾ ਰੂਪ ਹੈ, ਪਿੰਗ ਭਖਰੇ ਲਈ ਖੁਸ਼ਬੂ ਦੇ ਫੁੱਲਾਂ ਦਾ ਰੂਪ ਹੈ। ਕਹਿਣ ਲੱਗੇ ਹਰ ਜੀਵ ਕਿਸੇ ਨਾ ਕਿਸੇ ਵੱਖਰੇ ਰੂਪ ਵਿੱਚ ਗ੍ਰਸਿਆ ਹੋਇਆ ਹੈ ਇਸ ਮਾਇਆ ਨੇ। ਹੁਣ ਦੁਆਲੇ ਵੇਖ, ਸਿਰਫ ਦੌਲਤ ਹੀ ਮਾਇਆ ਨਹੀਂ, ਪਤਾ ਨਹੀਂ ਕਿਸ ਰੂਪ ਵਿੱਚ ਕਿਸ ਧੋਖੇ ਵਿੱਚ ਲਿਆ ਕੇ ਤੇਰੇ ਜੀਵਨ ਨੂੰ ਇਸ ਮਾਇਆ ਨੇ ਬਰਬਾਦ ਕਰਨਾ। ਜਿੰਨੀ ਦੇਰ ਸੁਚੇਤ ਨਹੀਂ ਰਹੇਗਾ ਬਚ ਨਹੀਂ ਸਕੇਗਾ। ਹੁਣ ਆਖਰੀ ਦੇਖਣਾ, ਕਬੀਰ ਜੀ ਨੇ ਇੰਨੀ ਲੰਬੀ ਲਿਸਟ ਦੇ ਕੇ ਕਹਿਣ ਲੱਗੇ ਮੈਂ ਲਿਸਟ ਕੀ ਦਿਆਂ, ਮੈਂ ਇੱਕ ਗੱਲ 'ਤੇ ਫੈਸਲਾ ਕਰਨਾ। ਲਓ ਇਹ ਫੈਸਲਾ ਕਬੀਰ ਜੀ ਦੇ ਸ਼ਬਦ ਦੀ ਆਖਰੀ ਲਾਈਨ ਹੈ। ਕਹਿਣ ਲੱਗੇ ਸੱਚੇ ਫੈਸਲਾ ਕਹਿਣ ਲੱਗੇ ਜਿਹਨੂੰ ਵੀ ਪੇਟ ਲੱਗਾ ਹੋਇਆ ਨਾ ਸਮਝੋ ਉਹ ਮਾਇਆ ਦੀ ਗ੍ਰਿਪ ਵਿੱਚ ਹੈ। ਪਤਾ ਨਹੀਂ ਉਸ ਪੇਟ ਭਾਵ ਵਿੱਚ ਸੰਸਾਰ ਦਾ ਹਰ ਮਨੁੱਖ ਜਿਹੜਾ ਕਿਸੇ ਲੋੜ ਨਾਲ ਸੰਬੰਧਿਤ ਹੈ ਉਹਨੇ ਹਮੇਸ਼ਾ ਵਿਕ ਜਾਣਾ ਹੈ, ਪਤਾ ਨਹੀਂ ਕਿਸ ਕੀਮਤ 'ਤੇ ਵਿਕ ਜਾਣਾ ਹੈ। ਕਹੇ ਕਬੀਰ ਜਿਸ ਉਧਰ ਤਿਸ ਮਾਇਆ, ਉਧਰ ਕਹਿੰਦੇ ਨੇ ਪੇਟ। ਮੈਨੂੰ ਉਹ ਗੱਲ ਸਵਾਮੀ ਪਰਮਾਨੰਦ ਜੀ ਦੀ ਯਾਦ ਆ ਗਈ, ਉਹ ਕਈ ਵਾਰੀ ਕਹਿੰਦੇ ਸਨ, ਸੁਣੇ ਗਏ। ਕਹਿਣ ਲੱਗੇ ਏਕ ਅਨੀਤ ਕਰੀ ਵਿਧ ਨੇ ਸਭ ਸੰਤਨ ਕੇ ਜੋ ਪੇਟ ਲਗਾਏ। ਅਖੇ ਬਣਾਉਣ ਵਾਲੇ ਨੇ ਇੱਕ ਬੜਾ ਗਲਤ ਕੰਮ ਕੀਤਾ। ਅਖੇ ਉਹ ਕਿ ਕਮ ਸੇ ਕਮ ਸੰਤਾਂ ਨੂੰ ਤਾਂ ਖਵਾਉਣ ਵਾਲਿਆਂ ਨੂੰ ਲੰਬੇ ਚੋਲਿਆਂ ਵਾਲਿਆਂ ਨੂੰ ਤਾਂ ਪੇਟ ਨਾ ਲਾਉਂਦਾ, ਉਹ ਤਾਂ ਆਪਣੇ ਅਕੀਦੇ ਅਤੇ ਵਿਸ਼ਵਾਸ ਦੇ ਸਿਧਾਂਤ 'ਤੇ ਪੱਕੇ ਰਹਿੰਦੇ, ਉਹਨਾਂ ਨੂੰ ਵੀ ਪੇਟ ਲਾ। ਹੁਣ ਅੱਜ ਉਹਨਾਂ 'ਤੇ ਵੀ ਭਰੋਸਾ ਭੁੱਲ, ਉਹ ਆਪਣਾ ਭਰੋਸਾ ਕਿਉਂ ਗਵਾ ਬੈਠੇ? ਕਿਉਂਕਿ ਉਸ ਪੇਟ ਨੇ ਉਹਨੂੰ ਕਿਤੇ ਨਾ ਕਿਤੇ ਝੁਕਣ ਲਈ, ਕਿਤੇ ਨਾ ਕਿਸੇ ਮਨਮਤ ਨੂੰ ਗ੍ਰਹਿਣ ਕਰਨ ਲਈ ਮਜਬੂਰ ਕਰ ਲਿਆ। ਇਸੇ ਲਈ ਬਾਬਾ ਕਬੀਰ ਜੀ ਨੇ ਆਖਰੀ ਲਾਈਨ ਅੰਦਰ ਇੱਕੋ ਫੈਸਲਾ ਦੇ ਦਿੱਤਾ। ਕਹਿਣ ਲੱਗੀ ਕਹੇ ਕਬੀਰ ਜਿਸ ਆਪਣੇ ਸਤਿਗੁਰੂ ਨਾਲ ਜੁੜੇਗਾ। ਜਦੋਂ ਤੂੰ ਗੁਰੂ ਨੂੰ ਪ੍ਰਾਪਤ ਕਰੇਗਾ, ਗੁਰੂ ਸਿਧਾਂਤ ਨੂੰ ਅਪਣਾਏਗਾ, ਤਦ ਹੀ ਤੂੰ ਇਸ ਮਾਇਆ ਦੇ ਵੱਖ ਵੱਖ ਜਾਲ ਤੋਂ ਬਚ ਸਕਣਾ ਹੈ। ਫੈਸਲਾ ਤਬ ਛੋਟੇ ਸਾਧੂ ਪਾਇਆ, ਨਹੀਂ ਤਾਂ ਯਾਦ ਰੱਖ ਕਰਾਂ। ਅੱਜ ਦੀ ਦੁਨੀਆ ਅੰਦਰ ਤਾਂ ਸਾਡੇ ਵੇਖਣ ਵਿੱਚ ਇਹ ਗੱਲ ਬਿਲਕੁਲ ਸਾਹਮਣੇ ਆ ਰਹੀ ਹੈ ਕਿ ਕਿਹਦੇ 'ਤੇ ਵਿਸ਼ਵਾਸ ਕਰੋ ਅਤੇ ਆਪਣਾ ਸਭ ਕੁਛ ਨਿਰਭਰ ਕਰਕੇ ਜਿਨ੍ਹਾਂ 'ਤੇ ਬੈਠੇ ਹੋ, ਕੱਲ੍ਹ ਨੂੰ ਉਹ ਹੀ ਸਾਡੇ ਨਾਲ ਧੋਖਾ ਕਰ ਜਾਂਦੇ। ਕਹਿਣ ਲੱਗੀ ਕਿ ਮਾਇਆ ਦਾ ਕ੍ਰਿਸ਼ਮਾ ਹੈ ਕਿ ਉਹਨੇ ਤ੍ਰੈ ਗੁਣਾਂ ਵਿੱਚ ਵਸਣ ਵਾਲੇ ਹਰ ਜੀਵ ਨੂੰ ਆਪਣੀ ਮੁੱਠੀ ਵਿੱਚ ਲਿਆ ਹੋਇਆ ਹੈ।
ਤੇ ਵਿਸ਼ਵਾਸ ਗਵਾ ਦੇਵੇ, ਸਮਝ ਲੈ ਉਹ ਮਾਇਆ ਹੈ। ਤੇ ਹੁਣ ਜਦੋਂ ਅਸੀਂ ਚੌਗਿਰਦੇ ਬਾਬਾ ਕਬੀਰ ਜੀ ਦੇ ਇਸ ਸ਼ਬਦ ਨੂੰ ਸਮਝਣ ਤੋਂ ਬਾਅਦ ਵੇਖਾਂਗੇ, ਸਾਨੂੰ ਸਾਡੇ ਸਾਹਮਣੇ ਇੱਕ ਦ੍ਰਿਸ਼ ਆ ਜਾਏਗਾ, ਕਿਹਦੇ 'ਤੇ ਵਿਸ਼ਵਾਸ ਕਰੀਏ, ਕਿਸ ਰੂਪ ਵਿੱਚ ਮਾਇਆ ਉਹਨੇ ਉਹਨੂੰ ਗ੍ਰਸਿਆ ਹੈ ਅਤੇ ਕਿਸ ਰੂਪ ਵਿੱਚ ਉਹਦਾ ਰੂਪ ਬਦਲ ਕੇ ਰੱਖ ਦਿੱਤਾ ਹੈ। ਕਹਿਣ ਲੱਗੇ ਇਹ ਗੱਲ ਬਾਬਾ ਕਬੀਰ ਨਹੀਂ ਸਮਝਾ ਸਕਦੇ। ਸਾਡੇ ਜੀਵਨ ਦਾ ਇੱਕ ਜ਼ਰੂਰੀ ਪਹਿਲੂ ਹੈ। ਅਸੀਂ ਤਾਂ ਹੁਣ ਤੱਕ ਇਹ ਸਮਝੀ ਫਿਰਨੇ ਹਾਂ ਬਹੁਤ ਹੀ ਦੌਲਤ ਇਕੱਠੀ ਕਰਨੀ ਹੀ ਮਾਇਆ ਹੈ। ਕਹਿਣ ਲੱਗੇ ਫਿਰ ਪੁੱਛ, ਮੱਛੀ ਨੇ ਕਿਹੜੀ ਦੌਲਤ ਇਕੱਠੀ ਕੀਤੀ ਹੈ? ਪਤੰਗੇ ਨੇ ਕਿਹੜੀ ਦੌਲਤ ਇਕੱਠੀ ਕੀਤੀ ਹੈ? ਉੱਠ ਨੇ ਕਿਹੜੀ ਕੀਤੀ ਹੈ? ਘੋੜੇ ਨੇ ਕਿਹੜੀ ਕੀਤੀ? ਪਿਆਗਮ ਨੇ, ਸੱਪ ਨੇ ਕਿਹੜੀ ਕੀਤੀ ਹੈ? ਪਰ ਮਾਇਆ ਦੇ ਵੱਖਰੇ ਵੱਖਰੇ ਰੂਪਾਂ ਦਾ ਬਾਬਾ ਕਬੀਰ ਜੀ ਨੇ ਇਸ ਸ਼ਬਦ ਵਿੱਚ ਬਿਆਨ ਕੀਤਾ, ਤਾਂ ਕਿ ਤੈਨੂੰ ਪਤਾ ਹੋਵੇ ਹਰ ਇੱਕ ਉਹ ਚੀਜ਼ ਜਿਹੜੀ ਕਿਸੇ ਦੇ ਜੀਵਨ ਦੀ ਬਰਬਾਦੀ ਕਰਦੀ ਹੈ, ਉਹਦੇ ਗੁਣ ਖਤਮ ਕਰਦੀ ਹੈ, ਉਹਦਾ ਸਿਧਾਂਤ ਬਰਬਾਦ ਅਤੇ ਵਿਕਾਊ ਕਰਦੀ ਹੈ, ਜਿਸ ਦੇ ਜੀਵਨ ਕੋਲ ਕੋਈ ਤੱਤ ਨਹੀਂ ਰਹਿੰਦਾ, ਸਮਝ ਲੈ ਉਹ ਮਾਇਆ ਦੇ ਗ੍ਰਿਪ ਵਿੱਚ ਹੈ। ਸੋ ਇਹੋ ਸਾਨੂੰ ਵੱਖ ਵੱਖ ਰੂਪਾਂ ਵਿੱਚ ਮਾਇਆ ਦੇਖਣ ਲਈ, ਸਮਝਣ ਲਈ ਅੱਜ ਦਾ ਯੁੱਗ ਬਹੁਤਾ ਤਸੱਵਰ ਕਰਦਾ ਹੈ। ਅੱਜ ਤਾਂ ਅਸੀਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਬਹੁਤ ਹੀ ਭਰੋਸੇ ਵਾਂਗ ਮਹਾਨ ਤਪਸ਼ਵੀ ਸਾਧੂ, ਲੰਬੇ ਲੰਬੇ ਚੋਲਿਆਂ ਵਾਲੇ, ਬੜੀਆਂ ਵੱਡੀਆਂ ਵੱਡੀਆਂ ਪਦਵੀਆਂ 'ਤੇ ਬੈਠੇ, ਜਿਨ੍ਹਾਂ ਦੇ ਸਾਹਮਣੇ ਲੋਕ ਦਿਨ ਰਾਤ ਸਿਰ ਝੁਕਾਉਂਦੇ ਨੇ, ਪਤਾ ਨਹੀਂ ਕਿਸ ਵੇਲੇ ਉਹਨਾਂ ਦਾ ਅਸਲ ਰੂਪ ਸਾਹਮਣੇ ਆ ਜਾਂਦਾ ਹੈ। ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਕਾਈ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਸਵਾਲ ਖੜ੍ਹਾ ਕੀਤਾ, ਕਹਿਣ ਲੱਗੇ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ? ਅਤੇ ਫਿਰ ਆਪੇ ਜਵਾਬ ਵੀ ਦੇ ਦਿੱਤਾ, ਕਹਿਣ ਲੱਗੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਹੈ ਜਿਹਦੇ ਨਾਲ ਰੱਬ ਵਿਸਰ ਜਾਏ, ਪ੍ਰਭੂ ਗੁਰੂ ਭੁੱਲ ਜਾਏ ਅਤੇ ਮੋਹ ਪਕੜ ਪੈਦਾ ਹੋ ਜਾਏ। ਆਹ ਵੀ ਇਕੱਠਾ ਕਰ ਲਵਾਂ, ਇੰਨੇ ਸਾਲ ਰਾਜ ਕੀਤਾ ਹੋਰ ਕਰ ਲਵਾਂ, ਇੰਨੇ ਸਾਲ ਪਦਵੀ ਬਣੀ ਹੈ ਹੋਰ ਕਰ ਹੋਰ ਲਾ। ਆਹ ਹੋਰ ਲਫਜ਼ ਜਿੱਥੇ ਅੰਦਰੋਂ ਪੈਦਾ ਹੋ ਜਾਏ ਨਾ, ਉੱਥੇ ਸਮਝ ਲਓ ਮਾਇਆ ਕਿਸ ਨੇ ਆਪਣਾ ਕੋਈ ਰੂਪ ਵਰਤਾ ਲਿਆ ਹੈ। ਕਹਿਣ ਲੱਗੇ ਇਸ ਚੀਜ਼ ਨੂੰ ਸਮਝਣਾ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ
ਭਾਵ ਦੂਜਾ ਲਾਇਆ। ਇਸ ਲਈ ਇਹਦੇ ਹਰ ਵੱਖਰੇ ਵੱਖਰੇ ਰੂਪਾਂ ਦੀ ਪਛਾਣ ਕਰਨੀ ਹੈ ਤਾਂ ਕਿ ਅਸੀਂ ਥਾਂ ਥਾਂ ਧੋਖਾ ਨਾ ਖਾਈਏ, ਥਾਂ ਥਾਂ ਧੋਖਾ ਨਾ ਖਾਈਏ ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।